ਵਾਤਾਵਰਣ ਵਿੱਚ ਤੇਜ਼ੀ ਨਾਲ ਹੋ ਰਹੇ ਬਦਲਾਵ ਦੇ ਚੱਲਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ 31 ਜਨਵਰੀ ਤੱਕ ਇੱਟ ਭੱਠਿਆਂ ਨੂੰ ਚਲਾਉਣ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਈ ਗਈ ਹੈ। ਪਰ ਬਾਵਜੂਦ ਇਸਦੇ ਜ਼ਿਲ੍ਹਾ ਪਠਾਨਕੋਟ ਵਿਖੇ ਕੁਝ ਅਜਿਹੇ ਭੱਠਾ ਮਾਲਕ ਨੇ ਜਿਨ੍ਹਾਂ ਵੱਲੋਂ NGT ਦੇ ਹੁਕਮਾਂ ਨੂੰ ਅਣਗੋਲਿਆ ਕਰਕੇ ਧੜੱਲੇ ਦੇ ਨਾਲ ਭੱਠੇ ਚਲਾਏ ਜਾ ਰਹੇ ਨੇ, ਜਿਸ ਦੀ ਸ਼ਿਕਾਇਤ ਸਥਾਨਕ ਲੋਕਾਂ ਵੱਲੋਂ ਲੋਕਲ ਪ੍ਰਸ਼ਾਸਨ ਨੂੰ ਦਿੱਤੀ ਜਾ ਚੁੱਕੀ ਹੈ। ਪਰ ਬਾਵਜੂਦ ਇਸਦੇ ਲੋਕਲ ਪ੍ਰਸ਼ਾਸਨ ਵੱਲੋਂ ਅਜਿਹਾ ਵਤੀਰਾ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਨੂੰ ਕੁਝ ਪਤਾ ਹੀ ਨਾ ਹੋਵੇ। ਪਾਬੰਦੀ ਦੇ ਬਾਵਜੂਦ ਜ਼ਿਲ੍ਹੇ ਵਿੱਚ ਚੱਲ ਰਹੇ ਇੱਟ ਭੱਠਿਆਂ ਦੇ ਚੱਲਦੇ ਜਾਂਦੇ ਨਿਊਜ਼ ਨੰਬਰ ਟੀਮ ਵੱਲੋਂ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ NGT ਦੇ ਹੁਕਮਾਂ ਦੇ ਬਾਵਜੂਦ ਧੜੱਲੇ ਨਾਲ ਇੱਟ ਭੱਠੇ ਚਲਾਏ ਜਾ ਰਹੇ ਹਨ, ਜਿਸ ਵਜ੍ਹਾ ਨਾਲ ਬਦਲੇ ਪਰਿਆਵਰਣ ਤੇ ਅਸਰ ਪੈ ਰਿਹਾ ਹੈ। ਲੋਕਾਂ ਨੇ ਕਿਹਾ ਕਿ ਇਸ ਸੰਬੰਧੀ ਉਹਨਾਂ ਵੱਲੋਂ ਕਈ ਵਾਰ ਲੋਕਲ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਕੇ ਇਸ ਬਾਰੇ ਜਾਣੂ ਕਰਵਾਇਆ ਜਾ ਚੁੱਕਿਆ ਹੈ। ਪਰ ਬਾਵਜੂਦ ਇਸਦੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਅਤੇ ਇਹਨਾਂ ਭੱਠਾ ਮਾਲਕਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਚੁੱਪੀ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਨਜਾਇਜ਼ ਕੰਮ ਸਿਆਸੀ ਪਰਛਾਵੇਂ ਹੇਠ ਹੋ ਰਿਹਾ ਹੈ। 31 ਜਨਵਰੀ ਤੱਕ ਸਾਰੇ ਭੱਠੇ NGT ਥਰੂ ਬੰਦ ਨੇ, ਫਿਰ ਵੀ ਇਹ ਚਲਾ ਰਹੇ ਨੇ, ਇਹੀ ਨਾ। ਅਤੇ ਬਾਕੀ ਕੋਈ ਵੀ ਹਾਈ ਡਰਾਫਟ ਭੱਠਾ ਜਿਹੜਾ ਨਾ ਉਹ ਨਹੀਂ ਚੱਲ ਸਕਦਾ, ਇਹਦਾ ਕੋਈ ਵੀ ਹਾਈ ਡਰਾਫਟ ਨਹੀਂ ਹੈਗਾ। 1-2 ਭੱਠਾ ਹਾਈ ਡਰਾਫਟ, ਬਾਕੀ ਸਾਰੇ ਹੀ ਬਿਨਾਂ ਹਾਈ ਡਰਾਫਟ ਸਾਰੇ ਚਲਾ ਰਹੇ ਨੇ। ਜੰਗਲਾਂ, ਭਵਾਨੀ, ਨਾਲਾ, ਜੰਡੀ, ਇਹ ਸਭ ਚੱਲ ਰਹੇ ਨੇ, ਮੌਕਾ ਦੇਖ ਸਕਦੇ ਹੋ। ਅਸੀਂ ਸ਼ਾਸਨ ਨੂੰ, ਪ੍ਰਸ਼ਾਸਨ ਨੂੰ, ਸਾਰਿਆਂ ਨੂੰ ਕਿਹਾ, ਕੋਈ ਕਿਸੇ ਨੇ ਕੋਈ ਗੌਰ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਮਿਲਣ ਤੇ ਜਦ ਨਿਊਜ਼ ਨੰਬਰ ਟੀਮ ਵੱਲੋਂ ਅਧਿਕਾਰੀਆਂ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵਿਭਾਗ ਦਾ ਕੋਈ ਵੀ ਅਧਿਕਾਰੀ ਇਸ ਸੰਬੰਧ ਵਿੱਚ ਕੁਝ ਵੀ ਕਹਿਣ ਤੋਂ ਬਚਦਾ ਹੋਇਆ ਨਜ਼ਰ ਆਇਆ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਇਹ ਨਜਾਇਜ਼ ਕੰਮ ਭੱਠਾ ਮਾਲਕਾਂ ਵੱਲੋਂ ਕਿਸੇ ਨਾ ਕਿਸੇ ਛੱਤਰਛਾਇਆ ਹੇਠ ਕੀਤਾ ਜਾ ਰਿਹਾ ਹੈ।